ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਚੜ੍ਹਦੀ ਕਲਾ ਟਾਈਮ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਦੇਸ਼ ਵਿਦੇਸ਼ ਵਿੱਚ ਬੈਠੇ ਹੋਏ ਅੱਜ ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਇਸ ਵਕਤ ਮੈਂ ਸਤਵਿੰਦਰ ਸਿੰਘ ਤੁਹਾਨੂੰ ਯੂਬਾ ਸਿਟੀ ਦੀ ਭਾਗਸ਼ਾਲੀ ਧਰਤੀ ਤੇ ਲੈ ਕੇ ਆਇਆ ਹਾਂ ਜਿੱਥੇ ਹਰ ਸਾਲ ਦੀ ਤਰ੍ਹਾਂ ਮਹਾਨ ਨਗਰ ਕੀਰਤਨ ਕੱਢਿਆ ਜਾਂਦਾ ਹੈ ਇਸ ਵਾਰੀ 45ਵਾਂ ਨਗਰ ਕੀਰਤਨ ਗੁਰਦਿੱਤਾ ਗੱਦੀ ਨੂੰ ਸਮਰਪਿਤ ਕਰਦੇ ਹੋਏ ਇੱਕਦਮ ਚਰਮ ਸੀਮਾ ਦੇ ਉੱਤੇ ਪਹੁੰਚਿਆ ਹੋਇਆ ਹੈ ਹਾਲਾਂਕਿ ਇਸ ਵੇਲੇ ਥੋੜ੍ਹਾ ਜਿਹਾ ਬਾਰਿਸ਼ ਦਾ ਮਾਹੌਲ ਹੈ ਬਟ ਸੰਗਤਾਂ ਹੁੰਮ ਹੁਮਾ ਕੇ ਜੁੜ ਰਹੀਆਂ ਨੇ ਅੱਜ ਸ਼ੁੱਕਰਵਾਰ ਦੀ ਰਾਤ ਹੈ 1 ਨਵੰਬਰ ਦੀ ਥੋੜ੍ਹੀ ਦੇਰ ਦੇ ਵਿੱਚ ਆਤਿਸ਼ਬਾਜ਼ੀ ਹੋਏਗੀ ਇੱਥੇ ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਕਿ ਸਾਡੇ ਇੱਥੇ ਸੱਜੇ ਹੱਥ ਬਹੁਤ ਸਾਰੀਆਂ ਸੰਗਤਾਂ ਦੀਪਮਾਲਾ ਕਰ ਰਹੀਆਂ ਹਨ ਅਤੇ ਦੀਵਾਲੀ ਦੇ ਉੱਤੇ ਆਪਣੀਆਂ ਸ਼ਰਧਾਂਜਲੀਆਂ ਭੇਟ ਕਰ ਰਹੀਆਂ ਨੇ ਬੰਦੀ ਦਿਵਸ ਨੂੰ ਵੀ ਆਪਣੀਆਂ ਸ਼ਰਧਾਂਜਲੀਆਂ ਸਮਰਪਿਤ ਕਰ ਰਹੀਆਂ ਨੇ ਪ੍ਰਸਾਦ ਦੇ ਬਾਵਜੂਦ ਵੀ ਜਿੱਦਾਂ ਅਸੀਂ ਦੇਖ ਰਹੇ ਹਾਂ ਕਿ ਸਾਡੇ ਪਿੱਛੇ ਬਹੁਤ ਸਾਰੀਆਂ ਸੰਗਤਾਂ ਹੁਣ ਇਕੱਠੀਆਂ ਹੋ ਗਈਆਂ ਹਨ ਥੋੜ੍ਹੀ ਦੇਰ ਦੇ ਵਿੱਚ ਹੀ ਇਸ ਵਕਤ ਜੋ ਫਰਾਈਡੇ ਦੀ ਆਤਿਸ਼ਬਾਜ਼ੀ ਦਾ ਪ੍ਰੋਗਰਾਮ ਹੁੰਦਾ ਹੈ 8 ਵਜੇ ਦੇ ਆਸ ਪਾਸ ਉਸ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਅਤੇ ਲੋਕ ਉਤਸੁਕਤਾ ਦੇ ਨਾਲ ਉਹਦੀ ਵੇਟ ਕਰ ਰਹੇ ਨੇ ਬਹੁਤ ਸਾਰੀਆਂ ਸੰਗਤਾਂ ਇਸ ਵਕਤ ਦਰਬਾਰ ਸਾਹਿਬ ਦੇ ਅੰਦਰ ਨਗਰ ਕੀਰਤਨ ਜੋ ਆਪਣਾ ਚੱਲ ਰਿਹਾ ਹੈ ਸ਼ਬਦ ਚੱਲ ਰਹੇ ਹਨ ਉਹਨਾਂ ਦਾ ਆਨੰਦ ਮਾਣ ਰਹੇ ਹਨ ਅਤੇ ਬਾਕੀ ਸੰਗਤਾਂ ਬਾਹਰ ਬੱਚਿਆਂ ਦੇ ਨਾਲ ਇੰਤਜ਼ਾਰ ਕਰ ਰਹੇ ਹਨ ਕਿ ਕਿਸ ਟਾਈਮ 'ਤੇ ਆਤਿਸ਼ਬਾਜ਼ੀ ਚਾਲੂ ਹੋਏਗੀ ਕੁਝ ਸੰਗਤਾਂ ਇਹਦੇ ਸਾਡੇ ਪਾਸੇ ਅਗਰ ਤੁਸੀਂ ਦੇਖੋਗੇ ਮੈਂ ਕੈਮਰਾਮੈਨ ਨੂੰ ਕਹਿੰਦਾ ਥੋੜ੍ਹਾ ਘੁਮਾਓ ਇੱਧਰ ਬਰਸਾਤ ਦੇ ਵਿੱਚ ਕਿੱਦਾਂ ਦੀਪਮਾਲਾ ਕਰ ਰਹੀਆਂ ਹਨ ਬਰਸਾਤ ਦੇ ਬਾਵਜੂਦ ਵੀ ਲੋਕ ਸ਼ਰਧਾ ਨਾਲ ਲੱਗੇ ਹੋਏ ਹਨ ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਸਾਡੇ ਪਿੱਛੇ ਬਹੁਤ ਸਾਰੀਆਂ ਸੰਗਤਾਂ ਇਸ ਵਕਤ ਇਕੱਠੀਆਂ ਹੋ ਰਹੀਆਂ ਨੇ ਬਾਰਿਸ਼ ਕਰਕੇ ਹੇਠਾਂ ਹੋ ਗਈਆਂ ਨੇ ਜਿੱਥੇ ਬਰਸਾਤ ਨਾਲ ਭਿੱਜਣ ਨਹੀਂ ਆਓ ਤੁਹਾਨੂੰ ਥੋੜ੍ਹੀਆਂ ਸੰਗਤਾਂ ਦੇ ਨਾਲ ਗੱਲਬਾਤ ਕਰਾਉਂਦੇ ਹਾਂ ਸਤਿ ਸ਼੍ਰੀ ਅਕਾਲ ਦੀਵਾਲੀ ਦੀਆਂ ਅਤੇ ਬੰਦੀ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਅਸੀਂ ਚੜ੍ਹਦੀ ਕਲਾ ਵੱਲੋਂ ਤੁਸੀਂ ਸੰਗਤਾਂ ਨੂੰ ਕੁਝ ਮੈਸੇਜ ਦੇਣਾ ਚਾਹੋਗੇ ਅਸੀਂ ਮੈਸੇਜ ਇਹ ਦੇਣਾ ਮੰਗਦੇ ਕਿ ਸਰਬੱਤ ਸਭ ਦਾ ਭਲਾ ਕਰੇ ਸਰਬ ਨੂੰ ਹੈਪੀ ਦੀਵਾਲੀ ਅਤੇ ਨਗਰ ਕੀਰਤਨ ਦੀਆਂ ਲੱਖ ਲੱਖ ਵਧਾਈਆਂ ਸਾਰੇ ਸੰਸਾਰ ਨੂੰ ਤੁਸੀਂ ਕੁਝ ਕਹਿਣਾ ਚਾਹੋਗੇ ਭਾਈ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਵੱਲੋਂ ਨਗਰ ਕੀਰਤਨੀਆਂ ਬਹੁਤ ਬਹੁਤ ਵਧਾਈਆਂ ਜੀ ਅਤੇ ਦੀਵਾਲੀ ਦੀਆਂ ਅਤੇ ਨਾਲ ਬੰਦੀ ਛੋੜ ਦੀਆਂ ਸੱਚੇ ਪਾਤਸ਼ਾਹ ਸਾਰਿਆਂ ਤੰਦਰੁਸਤੀ ਰੱਖੇ ਸਮੱਤ ਬਖਸ਼ੇ ਸਾਡੀ ਕੌਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਭਾਈ ਸਾਡੇ ਸਾਰਿਆਂ ਵੱਲੋਂ ਬੰਦੀ ਦੌੜ ਛੋੜ ਦਿਵਸ ਦੀਆਂ ਅਤੇ ਇਸ ਵੇਲੇ ਯੂਨੀਵਰਸਿਟੀ ਦੇ ਹੋ ਰਹੇ ਨਗਰ ਕੀਰਤਨ ਦੀਆਂ ਬਹੁਤ ਬਹੁਤ ਸਾਰਿਆਂ ਨੂੰ ਵਧਾਈਆਂ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਖਾਲਸਾ ਤੁਸੀਂ ਕਹਿਣਾ ਚਾਹੋਗੇ ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਸਾਰੇ ਪਰਿਵਾਰ ਵੱਲੋਂ ਦੀਵਾਲੀ ਦੀ ਅਤੇ ਬੰਦੀ ਛੋੜ ਦਿਵਸ ਦੀ ਸਾਰਿਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਧੰਨਵਾਦ ਤੁਹਾਡਾ ਇਹ ਤੁਸੀਂ ਦੇਖ ਰਹੇ ਹੋ ਕਿ ਬਰਸਾਤ ਦੇ ਬਾਵਜੂਦ ਵੀ ਸੰਗਤਾਂ ਉਤਸ਼ਾਹ 'ਚ ਨੇ ਦੀਵਾਲੀ ਮਨਾਉਣ ਆਈਆਂ ਹੋਈਆਂ ਨੇ ਨਗਰ ਕੀਰਤਨ ਦੀਆਂ ਤਿਆਰੀਆਂ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਹੈ ਅਤੇ ਅਸੀਂ ਹੁਣ ਤੁਹਾਨੂੰ ਥੋੜ੍ਹਾ ਜਿਹਾ ਹੋਰ ਵੀ ਸੰਗਤਾਂ ਦੇ ਨਾਲ ਗੁਫ਼ਤਗੂ ਕਰਾਉਂਦੇ ਹਾਂ ਸਰਦਾਰ ਸਾਹਿਬ ਸਤਿ ਸ਼੍ਰੀ ਅਕਾਲ ਦੀਵਾਲੀ ਔਰ ਬੰਦੀ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਤੁਸੀਂ ਸਾਡੀ ਚੜ੍ਹਦੀ ਕਲਾ ਦੀ ਸੰਗਤ ਨੂੰ ਕੁਝ ਮੈਸੇਜ ਦੇਣਾ ਚਾਹੋਗੇ ਅੱਜ ਦੇ ਸ਼ੁਭ ਦਿਵਸ 'ਤੇ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਸਾਰਿਆਂ ਦੀਵਾਲੀ ਦੀਆਂ ਤਾਂ ਨਗਰ ਕੀਰਤਨ ਦੀਆਂ 45ਵਾਂ ਨਗਰ ਕੀਰਤਨ ਹੈ ਸਾਰਿਆਂ ਨੂੰ ਸਹਿਯੋਗ ਦੇਣਾ ਚਾਹੀਦਾ ਆ ਆ ਜਾਓ ਹੁਣ ਤੁਹਾਨੂੰ ਥੋੜ੍ਹਾ ਜਿਹਾ ਹੋਰ ਅੱਗੇ ਵੀ ਲੈ ਚੱਲਦੇ ਹਾਂ ਕਾਫੀ ਸੰਗਤਾਂ ਇਸ ਵਕਤ ਵੇਟ ਕਰ ਰਹੀਆਂ ਨੇ ਕਿ ਆਤਿਸ਼ਬਾਜ਼ੀ ਕਦੋਂ ਸ਼ੁਰੂ ਹੋਏ ਬਰਸਾਤ ਕਰਕੇ ਥੋੜ੍ਹਾ ਜਿਹਾ ਮਾਹੌਲ ਠੰਡਾ ਪੈ ਰਿਹਾ ਹੈ ਬਟ ਕੋਸ਼ਿਸ਼ ਕਰ ਰਹੇ ਨੇ ਆਪਣੇ ਆਪ ਨੂੰ ਉਤਸ਼ਾਹਿਤ ਰੱਖਣ ਦੀਆਂ ਤੁਸੀਂ ਦੇਖ ਰਹੇ ਹੋ ਲੰਗਰ ਦੀ ਸੇਵਾ ਵੀ ਇਸ ਵਕਤ ਚਾਲੂ ਹੈ ਪੂਰਾ ਭਰਿਆ ਪਿਆ ਹੈ ਲੰਗਰ ਬੱਚਿਆਂ ਦੇ ਨਾਲ ਬਜ਼ੁਰਗਾਂ ਦੇ ਨਾਲ ਭੈਣਾਂ ਦੇ ਨਾਲ ਭਰਾਵਾਂ ਦੇ ਨਾਲ ਇਸ ਵਕਤ ਸਾਰੇ ਲੋਕ ਇੰਤਜ਼ਾਰ ਕਰ ਰਹੇ ਨੇ ਕਿ ਥੋੜ੍ਹੀ ਜਿਹੀ ਬਾਰਿਸ਼ ਠੰਡ ਹੋਏ ਅਤੇ ਦੀਪਮਾਲਾ ਦੁਬਾਰਾ ਚਾਲੂ ਕਰਨ ਔਰ ਆਤਿਸ਼ਬਾਜ਼ੀ ਦਾ ਆਨੰਦ ਲੈਣ ਆਓ ਮੈਂ ਤੁਹਾਨੂੰ ਕੁਛ ਹੋਰ ਆਪਣੇ ਸੰਗਤਾਂ ਦੇ ਨਾਲ ਗੱਲਬਾਤ ਕਰਾਉਂਦੇ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅਸੀਂ ਚੜ੍ਹਦੀ ਕਲਾ ਟਾਈਮ ਟੀਵੀ ਵੱਲੋਂ ਤੁਸੀਂ ਸੰਗਤਾਂ ਨੂੰ ਕੁਛ ਦੀਵਾਲੀ ਦੇ ਔਰ ਬੰਦੀ ਛੋੜ ਦੇ ਵਾਸਤੇ ਕੁਛ ਮੈਸੇਜ ਦੇਣਾ ਚਾਹੋਗੇ ਬੰਦੀ ਛੋੜ ਦੀਆਂ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ
अज समुचे संसार भर के अंदर सतगुर बंदी छोड़ है कि जिमें धन गुरु गुरु हरगोबिंद पातशाह जी ने 52 राजा रिहा करवाया से गुरु साहब जी के चरणों के अरदास बेनती है भी सानू सारियां नू जिहड़े मानसिक गुलामी के उत्ते साडे उत्ते जिहड़े बंधन पए हुए ने गुरु साहब वो सानू गुलामी तो दूर करन और साडे घरां दे विच जिवें दिवाली की रात नू दीवे चानण करदे ने गुरबाणी का जिहड़ा चानण जिहड़ा साडे हिरदिआं दे विच हो सके साडे पंथ की साडी कौम की जिहड़ी आ वो चढ़दी कला हमेशा। बहुत बहुत धन्यवाद। तुसीं वीर जी कुछ कहना चाहोगे? बंदी छोड़ दिवस दीआं सभ नू लख लख मुबारकां जी चढ़दी कला। धन्यवाद तुहाडा। ਤੁਸੀਂ ਦੇਖ ਰਹੇ ਹੋ ਕਿ ਲੋਕਾਂ ਦੇ ਵਿੱਚ ਉਤਸ਼ਾਹ ਹੈ ਦੀਵਾਲੀ ਦੇ ਨਾਲ ਹੋਣ ਕਰਕੇ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਅਸੀਂ ਚੜ੍ਹਦੀ ਕਲਾ ਟਾਈਮ ਟੀ ਵੀ ਵੱਲੋਂ ਅਸੀਂ ਚਾਹੁੰਦੇ ਹਾਂ ਤੁਸੀਂ ਅੱਜ ਦੇ ਸ਼ੁਭ ਦਿਵਸ ਦੇ ਉੱਤੇ ਸੰਗਤਾਂ ਨੂੰ ਕੁਝ ਮੈਸੇਜ ਦੇਣਾ ਚਾਹੋਗੇ? ਸਭ ਨੂੰ ਬੰਦੀ ਜੁੜ ਦੀਆਂ ਬਹੁਤ ਬਹੁਤ ਦੁਆਈਆਂ। ਸਤਿਗੁਰ ਦਾਤਾ ਮੇਲ ਮਿਲਾਓ, ਹਰ ਨਾਮ ਦੇਵੋ ਆਧਾਰੇ, ਹਰ ਜੀਓ ਕਿਰਪਾ ਕਰੋ, ਹਰ ਜੀਓ ਕਿਰਪਾ ਕਰੋ, ਕਿਰਪਾ ਕਰੋ ਤੁਮ ਪਿਆਰੇ, ਸਤਿਗੁਰ ਦਾਤਾ ਮੇਲ ਮਿਲਾਵੋ, ਸਤਿਗੁਰ ਦਾਤਾ ਮੇਲ ਮਿਲਾਵੋ। There's also rumors about some threats, and I think there's FBI circulation true or not, please tell us a little bit more about that. So yes, we did receive some threats, but as of now it's unconfirmed and it's not real as of now. So rest assured that public safety is not in any serious harm or threat. Thank you, Detective Work. Nice talking to you. Thank you. Thank you. Thank you, Will. Thank you. ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ, ਜੁਗ ਚਾਰੇ ਪਰਮਾਈ, ਹਮ ਦੀਨ ਤੁਮ ਜੁਗ ਜੁਗ ਦਾਤੇ, ਸ਼ਬਦੇ ਦੇ ਬੁਝਾਈ, ਸਤਿਗੁਰ ਦਾਤਾ ਮੇਲ ਮਿਲਾਵੋ, ਸਤਿਗੁਰ ਦਾਤਾ ਮੇਲ ਮਿਲਾਵੋ, ਹਰ ਨਾਮ ਦੇਵੋ ਆਧਾਰੇ, ਹਰ ਜੀਓ ਕਿਰਪਾ